हाल है बिल्ले भाई? ओ बढ़िया जगे बढ़िया और ठीक हां। हां भाई बढ़िया। तेजी भाई ओ तैयार हुंदा हाले ओ तू टाइम नाले आ गया भाई। तैनू पता नहीं मैं तो पढ़ाई नु लेके बहुता सीरियस हां। ओ बढ़िया गल है बढ़िया सीरियस होना भी चाहिदा। हां भाई बनना है कुछ तेरे मांग नहीं। ओ सीरियस ता मैं भी बहुत थी ओ मेनू साली घरों सपोर्ट नहीं मिली। ठीक है भाई आपां नु बापू दी सपोर्ट फुल है। कहंदा तू पढ़ मान ला के बस। ओ नाले तेरे बापू दे सपने भी तेरे नाले ने। ओ भला जगे तेरा फ्यूचर प्लान की आ? ओ भाई कादे यार फ्यूचर प्लान हाले ता पेपरां चो पास होण दी सोच है। है पतंदर हुणे ता कहंदा ती बहुत सीरियस हां मैं। ओ मजाक करदा भाई मैं सीरियस आं। चलिए ओ खर्चा तेजी हुण देख तेजी बारे मैं बहुत कुछ सोच रख्या फ्यूचर च। की भाई? जेड़ा कुछ मेतों नीति होया वो मैं एदे विचों देखना चाहना। इनू मैं आईपीएस ऑफिसर बनाना चाहना बीए तो बाद। तेजी नू भाई? हाँ। फिर तू कहते नहीं लग्या भाई? ओ मेतो दा यार पेपर नीति निकलिया। ओ बापू दा तेनू पता मौके नू सानू पेपर देन भी नीति जान दिंदा। बाकी काम कर गया थी सारे? हाँ हाँ बाकी दा ट्रायल ट्रूल कटते थे। ओ ना ना भाई मेनू नहीं लगता ते तो ट्रायल निकले ने। चलदी मोटर दा कदे दित्तो यार नक्का नहीं लग्गा। मोटर खड़ा के तू नक्का आउणा साह तेनू चढ़दा यार ढिड तेरा किथे। ओ तेजी जाओ लेट हुन्ने उत्थे। चलो भाई पैसे दे दे। हाँ हाँ ले पैसे ले जा। मोड मल मोटर दे दे सारी ध्यान नाल चला। ले गए ओ मोटर हलो। ओ भाई ओ च पंचर थी मैं कह तेजी वाले ते चलांगे। की करना आपां ने ग्राउंड च चलदे आं बह के गप छप मारदे आं। अच्छा नाले ओ इत्थे बैठे होने अपने वाले। आहो अपने यार अंदर वड़दे ने। चल आ जा। ਉਹ ਮੈਨੂੰ ਤਾਂ ਐ ਨਹੀਂ ਸਮਝ ਲੱਗਦੀ ਪਤੰਦਰ ਉਰੇ ਕਰਨ ਕੀ ਆਉਂਦੇ ਹੋ? ਕਾਲਜ ਦੇ ਅੰਦਰ ਤਾਂ ਜਾਂਦੇ ਨਹੀਂ ਉਰੇ ਗਰਾਊਂਡ 'ਚ ਬਹਿ ਕੇ ਮੁੜ ਜਾਂਦੇ ਆ। ਉਹ ਤੇਜੀ ਤੈਨੂੰ ਨਹੀਂ ਪਤਾ ਤੇਰੀ ਸੋਚ 'ਚ ਸਾਡੀ ਸੋਚ 'ਚ ਬਹੁਤ ਫਰਕ ਆ। ਤੇਜੀ ਮੈਂ ਦੱਸਦਾ ਬਾਈ ਤੈਨੂੰ ਤੂੰ ਚੱਲਦਾ ਤੇਰੇ ਭਾਈ ਦੇ ਦੱਸੇ ਹੋਏ ਰਾਹ 'ਤੇ ਅਸੀਂ ਆਪਦੇ ਰਾਹ 'ਤੇ ਚੱਲਦੇ ਹਾਂ ਅਤੇ ਬੰਦੇ ਕਾਮਯਾਬ ਉਹੀ ਹੁੰਦੇ ਨੇ ਜਿਹੜੇ ਆਪਦੇ ਰਾਹ 'ਤੇ ਚੱਲਦੇ ਨੇ। ਉਹ ਬਾਈ ਕਿਹੜਾ ਫਿਰ ਕੋਈ ਮਾੜੇ ਰਾਹ 'ਤੇ ਤੋਰਦਾ ਉਹ ਵੀ ਚੰਗੀਆਂ ਗੱਲਾਂ ਹੀ ਦੱਸਦਾ। ਉਹ ਗੱਲਾਂ ਕਹਿਣ ਨੂੰ ਚੰਗੀਆਂ ਨੇ ਅਸੀਂ ਉਹ ਕਰਨਾ ਚਾਹੁੰਦੇ ਹਾਂ ਵੀ ਸਾਡਾ ਨਾਮ ਬਣੇ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣ। ਉਹ ਬਾਈ ਵੀ ਤਾਂ ਚੰਗਾ ਅਫਸਰੇ ਬਣਾਉਣਾ ਚਾਹੁੰਦਾ ਤਾਂ ਹੀ ਨਾਮ ਬਣੂਗਾ ਜੇ ਪੜ੍ਹ ਲਿਖ ਕੇ ਕੁਛ ਬਣਾਂਗੇ। ਉਹ ਅਫਸਰਾਂ ਦੇ ਨਾਂ ਇਕੱਲੇ ਦਫ਼ਤਰਾਂ ਦੀਆਂ ਨੇਮ ਪਲੇਟਾਂ ਤੱਕ ਰਹਿ ਜਾਂਦੇ ਨੇ ਸਾਡਾ ਨਾਂ ਪੂਰੀ ਦੁਨੀਆ 'ਚ ਚੱਲੂ ਸੁੱਖੇ ਬਾਈ ਅਤੇ ਗਾਂਧੀ ਬਾਈ ਵਾਂਗ। ਉਹ ਫਿਰ ਉਹਨਾਂ ਦਾ ਹਸਰ ਵੀ ਦੇਖਿਆ ਤੁਹਾਨੇ ਕੀ ਹੋਇਆ ਉਹਨਾਂ ਦੀਆਂ ਮਾਵਾਂ ਅੱਜ ਤੱਕ ਰੋਂਦੀਆਂ ਨੇ। ਉਹ ਬਾਈ ਡਰਦਾ ਕਿਉਂ ਆ? ਆਪਣੇ ਕੋਲ ਹੈ ਕੀ ਨਹੀਂ ਪੈਸਾ ਆਪਣੇ ਕੋਲ ਪਾਵਰ ਆਪਣੇ ਕੋਲ। ਉਹ ਜਿਗਰਾ ਬਾਈ ਮੇਰੇ ਕੋਲ ਜਾਨ ਇਹਦੇ ਚ ਨਹੀਂ ਪੰਗੇ ਪਾਉਣ ਨੂੰ ਮੈਂ ਬੈਠਾ ਯਾਰ। ਉਹ ਡਰਦੇ ਤਾਂ ਆਪਾਂ ਹੈ ਨਹੀਂ ਪਰ ਲੜਾਈ ਤੋਂ ਜਿੰਨਾ ਟਲੀਏ ਚੰਗਾ ਹੀ ਆ। ਲੜਾਈ ਤੇ ਲੱਸੀ ਕਿੰਨੀ ਮਰਜ਼ੀ ਵਧਾ ਲਓ ਓਨੀ ਉਹ ਵਧੀ ਜਾਂਦੀ ਆ। ਬਾਈ ਅੱਜ ਪਾਉਣੀ ਆ ਜੋ ਮਰਜ਼ੀ ਹੋ ਜੇ। ਕੋਈ ਨਾ ਦੇਖ ਲਾਂਗੇ ਕਰਦੇ ਆ ਸ਼ੁਰੂਆਤ ਫਿਰ ਅੱਜ ਚੱਲੀਏ ਫਿਰ। ਚਲੋ ਚੱਲੀਏ। ਆਜਾ ਸਾਲੀਏ ਛੇਤੀ ਤੇਰਾ ਮਹਾਰਾਜ ਬਗਾਨੇ ਬੁਲਟ 'ਤੇ ਬੈਠਾ ਐ ਨਹੀਂ ਪਤਾ ਅਗਲਾ ਕਦ ਲੈ ਜੇ। ਇੱਕ ਸਾਲੀ ਆਸ ਕੀ ਉੱਤੋਂ ਤੇਜ਼ੀ ਉਹਨਾਂ ਤੋਂ ਚੋਰੀ ਕਰਨੀ ਪੈਂਦੀ ਹੈ। ਉੱਠ ਬਾਈ ਛੇਤੀ ਪਰੇ ਹੋ ਹੀ ਜਾਣਾ। ਬਾਈ 5 ਮਿੰਟ ਖੜ ਜਾਓ ਯਾਰ ਜਿੱਥੇ ਮਰਜ਼ੀ ਵਗ ਜਾਓ। ਉਹ ਬਾਈ ਪਰੇ ਹੋ ਮੜਾ ਸਾਨੂੰ ਕਾਲੀ ਆ। ਉਹ ਵੀਰ ਬਣ ਕੇ ਯਾਰ ਉੱਥੇ ਬਹਿ ਜਾਓ ਮੈਂ 5 ਮਿੰਟ ਸਾਡੇ ਸਾਥ ਹੁੰਦੇ ਬਹਿ ਕੇ ਸਾਡੇ ਦੀ ਹਵਾ ਕਰੀ ਜਾਂਦਾ। ਬਾਈ ਬਹਿ ਲੈਣ ਦੋ ਯਾਰ 5 ਮਿੰਟ ਕਹਿ ਨਹੀਂ ਦਿੱਤਾ। ਓਏ ਪਰੇ ਹੋਇਆ ਯਾਰ ਸਾਨੂੰ ਕਾਲੀ ਦਿਮਾਗ ਨਾ ਖਰਾ ਕਰ। ਮੈਂ ਨਹੀਂ ਉੱਠਦਾ ਯਾਰ ਐਂ ਤਾਂ ਸਾਨੂੰ ਠਾਲਣਾ ਵੀ ਆਉਂਦਾ। ਚੰਗਾ ਠਾਲ ਦੋ ਫਿਰ ਆ ਜਾਓ। ਉੱਠ ਗਲਾਮਾ ਛੱਡ ਦੇ ਬਾਅਦ ਚ ਪਛਤਾਏਗਾ। ਪਛਤਾਉਣ ਨੂੰ ਕਹਾਂ ਕੀ ਆ ਓਏ।
ਛੱਡ ਦੇ ਗੁਲਾਮਾ ਮੈਂ ਤਾਂ ਇੱਥੇ ਹੀ ਬੈਠੂੰ ਯਾਰ ਉੱਠਦਾ ਕਿ ਨਹੀਂ ਓਏ ਨਹੀਂ ਉੱਠਦਾ ਓਏ ਕਰ ਲਓ ਜੋ ਕਰਨਾ ਚੱਕੇ ਨੂੰ ਲੈ ਕੇ ਚੱਲੀਏ ਨਾਲੇ ਉੱਠ ਬਾਅਦ ਚ ਪਤਾਉਂਗੇ ਉੱਥੇ ਆ ਜਾਓ ਗਰਾਊਂਡ ਚ ਬੈਠੇ ਨੇ ਮੇਰੇ ਚੱਲ 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 ਆ ਗਏ ਅੱਗੇ 50 ਟੱਕਰ ਦੇ ਨੇ ਚੰਗਾ ਫਿਰ ਆ ਜਾਓ ਗਰਾਊਂਡ ਚ ਚੱਲ ਆ ਗਏ ਚੱਲ ਤੇਰੇ ਵਰਗੇ 50 ਆਉਂਦੇ ਨੇ ਦੇਖਦੇ ਆ ਓਏ ਚੱਲ ਤੂੰ ਵੀ ਆ ਗਏ ਦੇਖ ਲੈ ਤੈਨੂੰ ਹੁਣੀ ਵੱਡੇ ਮਰਜੇ ਨੂੰ ਆ ਜਾਓ ਬਈ ਬੈਠ ਸਾਲੀ ਕਹੇ ਹੀ ਆਈਟਮ ਦੀ ਹਨਾ ਹੋਰ ਚੱਲ ਤੂੰ ਲੱਖੇ ਹੋਰੀਆਂ ਨਾਲ ਚੱਲ ਜਾ ਕਰਦਾ ਮੈਂ ਫੋਨ ਹੈਲੋ ਕਿੱਥੇ ਹੋ ਬਈ ਉਰੀ ਹੋ ਛੇਦੀ ਗਰਾਊਂਡ 'ਚ ਆਓ ਯਾਰ ਆਪਣਾ ਟਾਈਮ ਪੈ ਗਿਆ ਉਹ ਹੈਗਾ ਤੀ ਯਾਰ ਇੱਕ ਲੰਡੂ ਹੀ ਆ ਹਵਾ ਮਾਰਦਾ ਦੀ ਕਹਿੰਦਾ ਗਰਾਊਂਡ 'ਚ ਆਇਓ ਮੈਂ ਕੋਈ ਨਾ ਦੇਖ ਲੈਂਦਾ ਗਰਾਊਂਡ 'ਚ ਹੀ ਤੂੰ ਐਂ ਕਰੋ ਛੇਦੀ ਆਇਓ ਕਾਲਜ ਮੂਹਰੇ ਆਇਓ ਬਸ ਆਇਓ ਆ ਰਹੇ ਨੇ ਉਰੀ ਖੜਦੇ ਆਪਾਂ ਕੋਈ ਨਾ ਆ ਜਾਂਦੇ ਨੇ ਉਹ ਜੱਗਾ ਕਿੱਧਰ ਲੰਘ ਗਿਆ ਅੱਜ ਮੈਂ ਸਵੇਰ ਦਾ ਆ ਕੇ ਤਾਰਿਆ ਮੁੜ ਕੇ ਮੱਥੇ ਨਹੀਂ ਲੱਗਿਆ ਸਾਲਾ ਇੱਥੇ ਹੀ ਹੋਣਾ ਉਹ ਕਿਤੇ ਆਪਾਂ ਨੂੰ ਬਾਹਰ ਬਿਠਾ ਕੇ ਅੰਦਰ ਕਲਾਸਾਂ ਤਾਂ ਹੀ ਲਾਈ ਜਾਂਦਾ ਦੇਖਣ ਨੂੰ ਸਾਲਾ ਹੀ ਲੱਗਦਾ ਹਰਾਮੀ ਲੱਗਦਾ ਉਹ ਬੰਦਾ ਕਵੀਜ ਆ ਸਾਲਾ ਦੇਖਦੇ ਆ ਚੱਲ ਫੋਨ ਲਾ ਉਹਨੂੰ ਓਏ ਉਹ ਆ ਗਿਆ ਰਹਿਣ ਦੇ ਓਏ ਆ ਕਿਵੇਂ ਭੱਜਿਆ ਜਾਂਦਾ ਸਾਲਾ ਖਾਸ ਹੀ ਸਪੀਡ ਖਿੱਚੀ ਆਉਂਦਾ ਕੋਈ ਸੇ ਆਪਾਂ ਹੀ ਪਾ ਕੇ ਆਇਆ ਮੈਨੂੰ ਲੱਗਦਾ ਲੱਗਦਾ ਚੱਲ ਆ ਕੀ ਦੱਸੂ ਕੀ ਹੋ ਗਿਆ ਉਹ ਕਿਵੇਂ ਭੱਜੇ ਹੀ ਆਉਣਾ ਕੀ ਹੋ ਗਿਆ ਉਹ ਬਾਈ ਦੱਸਦਾ ਤੈਨੂੰ ਮੇਰੇ ਨਾਲ ਛੇਤੀ ਚਲੋ ਪੰਗਾ ਪੈ ਗਿਆ ਕੀ ਪੰਗਾ ਪੈ ਗਿਆ ਉਹ ਯਾਰ ਪੰਗਾ ਕੀ ਪੈ ਗਿਆ ਮੈਂ ਉੱਥੇ ਬੁਲਟ ਤੇ ਬੈਠਾ ਸੀ ਕੁੜੀ ਛੇੜਤੀ ਕੋਈ ਉਹ ਕਾਹ ਨੂੰ ਛੇੜੀ ਯਾਰ ਪੱਕਾ ਕੁੜੀ ਛੇੜੀ ਹੋਊਗੀ ਵੀਰੇ ਨੇ ਸਹੀ ਗੱਲ ਹੈ ਉਹ ਕੁੜੀ ਤਾਂ ਹਾਲੇ ਛੇੜਨੀ ਤੀ ਉਦੋਂ ਪਹਿਲਾਂ ਹੀ ਸਿਆਪਾ ਛਿੜ ਗਿਆ ਗੱਲ ਕੀ ਹੋ ਗਈ ਗੱਲ ਤਾਂ ਦੱਸ ਉਹ ਯਾਰ ਪਾਰਕਿੰਗ 'ਚ ਉੱਥੇ ਬੁਲਟ 'ਤੇ ਬੈਠਾ ਸੀ ਮੈਨੂੰ ਕਹਿੰਦੇ ਛੇਤੀ ਉੱਠਾ ਮੈਂ ਹੁਣ ਕੁੜੀ ਨੂੰ ਐਂ ਦਿਖਾਉਣਾ ਦੀ ਬੁਲਟ ਮੇਰਾ ਯਾਰ ਮੈਂ ਕਿਵੇਂ ਉੱਠ ਜਾਂਦਾ ਹਰਾਮ ਤੈਨੂੰ ਕਿਹਾ ਨਹੀਂ ਵੀ ਹਰਾਮੀ ਆ ਉਹ ਬੰਦਾ ਉਹ ਯਾਰ ਗੱਲ ਸੁਣ ਲਓ ਹੁਣ ਉਹ ਮੈਨੂੰ ਕਹਿੰਦੇ ਛੇਤੀ ਉੱਠ ਮੈਂ ਉੱਠਿਆ ਨਹੀਂ ਫੜ ਕੇ ਗੁਲਾਮੇ ਤੋਂ ਮੈਨੂੰ ਝੱਲਣ ਜੇ ਲੱਗੇ ਤੀ ਮੈਂ ਤੁਹਾਡਾ ਨਾਂ ਲੈਤਾ ਮਹਾਂ ਉੱਥੇ ਆ ਜਾਓ ਤੁਹਾਨੂੰ ਕਰਦਿਆਂ ਸਿੱਧੇ ਹੁਣ ਉਰੇ ਨੂੰ ਆਉਣਗੇ ਉਹ ਕੋਈ ਨਹੀਂ ਦਬਦਾ ਕਾਹਨੂੰ ਆ ਬੈਠੇ ਆ ਆ ਜਾਓ ਫਿਰ ਗੇਟ ਤੈਨੂੰ ਚਲੋ ਉੱਥੇ ਆਉਂਦੇ ਨੇ ਉਹ ਕੋਈ ਨਾ ਦੇਖ ਲੈਂਦੇ ਆ ਜਾਣ ਦੇ ਚਲੋ ਠੀਕ ਆ ਫਿਰ ਆ ਜਾਓ ਚਲੋ ਬਾਈ ਆਹੀ ਤੀ ਜਿਨ੍ਹਾਂ ਨੇ ਮੈਨੂੰ ਧੱਕੇ ਮਾਰੇ ਨੇ ਉਹ ਸਮਝਾਓ ਵੀ ਨਹੀਂ ਕਿ ਬਾਤ ਇਹਨੂੰ ਕੀ ਸਮਝਾਓ ਸੰਗਲੀ ਸੁੰਗਲੀ ਪਾ ਕੇ ਰੱਖਿਆ ਕਰੋ ਖਾਸਾ ਹੀ ਖੁੱਲਿਆ ਫਿਰਦਾ ਖਾਸਾ ਹੀ ਖੁੱਲਿਆ ਫਿਰਦਾ ਇਹ ਬੋਲਦਾ ਕਿਵੇਂ ਤੂੰ ਔਖੇ ਬੋਲਦੇ ਹੁੰਦੇ ਨੇ ਬਾਈ ਔਖੇ ਹੁੰਦੇ ਨੇ ਮੈਨੂੰ ਲੱਗਦਾ ਸਮਾਰਨੇ ਪੈਣਗੇ ਕੋਈ ਨਹੀਂ ਦੇਖ ਲੈਂਦੇ ਹਾਂ ਹੋਰ ਖਾਸਾ ਹੀ ਔਖਾ ਬੋਲਦੇ ਨੇ ਸਾਡੇ ਨਾਲ ਪੰਗਾ ਸੋਚ ਸਮਝ ਕੇ ਲਿਓ ਅਜੇ ਵੀ ਮੌਕਾ ਹੈਗਾ ਮਾਫੀ ਮੰਗ ਲਓ ਵਧੀਆ ਰਹੋਗੇ ਆਪਣਾ ਉਹ ਮਾਫੀ ਉਹ ਵੀ ਥੋਤੋਂ ਭੁੱਲ ਜਾਓ ਤੁਸੀਂ ਸਾਡੇ ਜੱਜ ਲੱਗੇ ਹੋ ਕੰਮ ਕਰੋ ਆ ਪਤਾ ਤੇਰੇ ਵਰਗੇ 4-5 ਜੱਜ ਲਾ ਜ਼ਰੂਰ ਦਿੰਦੇ ਆ ਦਿਹਾੜੀ 'ਚ ਅਸੀਂ ਬਾਹਰ ਹੋ ਗਿਆ ਹੁਣ ਤਾਂ ਫਾਇਰ ਕੱਢਣਾ ਪਊ ਸਾਲੇ ਜੱਦਾ ਚਲਾਉਂਦਾ ਥੋੜੀ ਤੂੰ ਇਹ ਇੰਨੀ ਕੁੱਟ ਪਵਾ ਕੇ ਯਾਰ ਪਿੱਛੋਂ ਗੋਲੀ ਚਲਾ ਦੀ ਅੱਜ ਆਪਾਂ ਬੰਦੇ ਚੱਕਣੇ ਨੇ ਜਿਹੜੇ ਸ਼ਹਿਰ ਚ ਗੋਲੀ ਚਲਾ ਕੇ ਆਏ ਨੇ ਸਾਲਿਆਂ ਨੇ ਮਾਹੌਲ ਖਰਾਬ ਕਰਿਆ ਪਿਆ ਸ਼ਹਿਰ ਦਾ ਕੋਈ ਗੱਲ ਨੀ ਜਨਾਬ ਚੱਕ ਲੈਂਦੇ ਆ ਚੋਣ ਜਾਬਤਾ ਲੱਗਿਆ ਵਾ ਇਹਨਾਂ ਨੇ ਸਾਲਿਆਂ ਨੇ ਗੋਲੀ ਚਲਾਤੀ ਉੱਥੇ
ਇੰਨੀ ਸਖਤਾਈ ਕਰੀ ਵੀ ਪ੍ਰਸ਼ਾਸਨ ਨੇ। ਕੋਈ ਗੱਲ ਨਹੀਂ ਜਨਾਬ, ਚੱਕ ਲੈਂਦੇ ਹਾਂ ਫਿਰ। ਚਲੋ ਚੱਲ ਚੱਲ ਆ ਜਾ। ਚਲੋ ਮੀਂਹ ਨੇ ਤਾਂ ਕਈ ਇਲਾਕਿਆਂ 'ਚ ਨੁਕਸਾਨ ਕਰਤਾ। ਉਹ ਹੋਰ ਬਾਈ, ਮੈਨੂੰ ਤਾਂ ਆਪ ਐਂ ਲੱਗਦਾ ਵੀ ਉਹ ਆਪਣੇ ਹੇਠਲੇ ਖੱਤੇ 'ਚ ਕਣਕ ਸੁੱਕੂਗੀ। ਓਏ ਪਾਣੀ ਹਲੇ ਤੱਕ ਖੜਾ, ਪੀਲੀ ਤਾਂ ਪੈ ਗਈ ਉਹ। ਉਹ ਦੇਖ ਲਾ ਨਾਲੇ ਦਰਬਾਰੇ ਦਾ ਗਾਹਾਂ ਪਾਣੀ ਨਿਕਲਦਾ ਸੂਏ 'ਚ। ਉਹ ਮੈਂ ਕਿਹਾ ਸੀ ਮਾਂ ਵੱਢ ਦਿੰਦਾ ਤੇਰੀ ਕਣਕ 'ਚ ਨੂੰ। ਪਤਾ ਨਹੀਂ ਕਿਹੜਾ ਕੱਢਣ ਦਿੰਦਾ ਪਾਣੀ ਯਾਰ। ਆਪਾਂ ਐਂ ਕਰਾਂਗੇ, ਗਾਹਾਂ ਨੂੰ ਮਿੱਟੀ ਪਾ ਦਾਂਗੇ ਉੱਥੇ। ਮੇਰੀ ਵੀ ਸਲਾਹ ਐਂ ਬਣਦੀ ਆ। ਹੋਰ ਓਨੇ ਦੀ ਤਾਂ ਫਸਲ ਖਰਾਬ ਹੋ ਜਾਂਦੀ ਹੈ ਜਿੰਨੇ ਦੀ ਮਿੱਟੀ ਨਹੀਂ ਪੈਣੀ ਉੱਥੇ। ਸਹੀ ਗੱਲ ਆ। ਉਹ ਯਾਰ ਪਹਿਲਾਂ ਤਾਂ ਸਰਕਾਰ ਹੀ ਵੈਰੀ ਸੀ, ਹੁਣ ਕੁਦਰਤ ਵੀ ਵੈਰੀ ਹੋ ਗਈ ਜੱਟ ਦੀ। ਉਹ ਤਾਂ ਹੀ ਤਾਂ ਤੈਨੂੰ ਕਹਿਣਾ, ਪੜ੍ਹ ਲਾ, ਪੜ੍ਹ ਕੇ ਕਿਤੇ ਨੌਕਰੀ ਲੱਗ ਜਾਏਗਾ, ਮਾੜੇ ਮੋਟੇ ਦਿਨ ਫਿਰ ਜਾਣਗੇ। ਓਏ ਨੌਕਰੀ ਤੈਨੂੰ ਮੈਂ ਦਬਾਊ, ਤੂੰ ਬਸ ਪੜ੍ਹਾਈ ਤੇ ਧਿਆਨ ਰੱਖ। ਆਹੋ ਤੇਰੀ ਤਾਂ ਜਿਵੇਂ ਚੰਨੀ ਨਾਲ ਸਿੱਧੀ ਬਣਦੀ ਹੁੰਦੀ ਆ। ਉਹ ਨਾਲੇ ਉਹ ਆਪਣੇ ਜਿਹੜੇ ਲੰਡੂਏ ਯਾਰ ਦੋਸਤ ਨੇ ਨਾ ਤੇਰੇ, ਉਹਨਾਂ ਤੋਂ ਬਚ ਕੇ ਰਿਹਾ। ਉਹ ਬਾਈ ਮੇਰੇ ਯਾਰਾਂ ਬਾਰੇ ਨਾ ਬੋਲਿਆ ਕਰੂੰਗੀ, ਤੂੰ ਕੁੱਤੇ ਭੁਕਾਈ ਮਰੀ ਜਾਂਦਾ। ਉਹ ਚੱਲ ਚੰਗਾ ਦੇਖ ਬਾਰੇ ਕਿਹੜਾ ਆ। ਉਹ ਹੁਣ ਕਿਹੜਾ ਆ ਗਿਆ, ਤੂੰ ਦੇਖ ਲੈ ਯਾਰ। ਉਹ ਚੱਲ ਦੇਖਦਾ ਮੈਂ। ਇਹਨਾਂ ਦੇ ਕਹੇ ਤੇ ਤਾਂ ਸੁਣਦਾ ਹੀ ਨਹੀਂ ਬਤੰਦਰ। ਉਹ ਪੁਲਿਸ ਮੇਰਾ ਨਾ ਜਿਹੜੀ ਕਾਲਜ 'ਚ ਲੜਾਈ ਹੋਈ ਉਹਦੇ ਕਰਕੇ ਆਈ ਆ। ਬਾਈ ਨੇ ਦੱਸਾਂ ਕੀ ਕਰਾਂ ਹੁਣ। ਬਾਈ ਨੂੰ ਇਹ ਦੱਸਦਾ ਹੋਰ ਤਾਂ ਹੱਲ ਵੀ ਨਹੀਂ ਕੋਈ। ਲੜਾਈ ਹੋ ਗਈ ਸੀ ਉਹ ਮੇਰੇ ਨਾਲ ਦੇ ਨੇ, ਉਹ ਗੁਰਨੇ ਨੇ ਗੋਲੀ ਚਲਾ ਤੀ। ਓਹੋ, ਉਹ ਮੈਂ ਤੈਨੂੰ ਪਹਿਲਾਂ ਵੀ ਵਰਜਿਆ ਸੀ ਵੀ ਇਹੋ ਜਿਹੇ ਲੰਡੂਆਂ ਨਾਲ ਨਾ ਰਿਹਾ ਕਰ। ਤੇਰੇ ਯਾਰ ਆ ਜਿਹੜਾ ਜੱਗਾ ਹੁੰਦਾ ਹੁੰਦਾ ਨਾ, ਇਹ ਮੈਨੂੰ ਸਾਰਾ ਪਤਾ ਇਹਦਾ ਬੈਕਗ੍ਰਾਉਂਡ ਕੀ ਆ। ਚੰਗਾ, ਚੁਗਲੀ ਤੋਂ ਬਿਨਾਂ ਇਹਨੂੰ ਕੋਈ ਕੰਮ ਨਹੀਂ ਹੈਗਾ। ਉਹ ਭਈਆ ਤੂੰ ਉਹ ਛੱਡ, ਹੁਣ ਦੱਸ ਕੀ ਕਰੀਏ, ਪੁਲਿਸ ਗੇਟ 'ਚ ਖੜੀ ਆ। ਹੁਣ ਫਿਰ ਮੈਂ ਕੀ ਕਰਾਂ? ਆਪਾਂ ਐਂ ਕਰਦੇ ਹਾਂ, ਗੇਟ ਹੀ ਨਹੀਂ ਖੋਲਦੇ ਬਾਈ। ਓਏ ਉਹ ਕਹਾਂ ਗਮੰਡੀ ਆ ਵੀ ਚੀਨੀ ਦੀ ਕੌਲੀ ਲੈਣ ਆਇਆ ਵੀ ਮੁੜ ਜੂਗਾ। ਪੁਲਿਸ ਆਹੋ ਪਤੰਦਰਾ, ਪਹਿਲਾਂ ਇਹੋ ਜਿਹੇ ਕੰਮ ਕਰਦੇ ਕਿਉਂ ਹੁੰਦੇ ਹੋ? ਉਹ ਬਈ ਯਾਰ ਮੈਂ ਨਹੀਂ ਕਰਿਆ, ਲੜਾਈ ਤਾਂ ਜੱਗੇ ਦੀ ਹੁੰਦੀ। ਚੱਲ ਮੈਂ ਦੇਖਦਾ, ਤੂੰ ਬੈਠ ਮੈਂ ਦੇਖਦਾ। ਗਲਤਫਹਿਮੀ ਨਹੀਂ ਹੁੰਦੀ? ਨਹੀਂ ਨਹੀਂ ਥਾਣੇਦਾਰ ਸਾਹਿਬ, ਉਹ ਦਰਅਸਲ ਗੋਲੀ ਮੇਤੋਂ ਚੱਲੀ ਤੀ। ਮੇਰਾ ਭਾਈ ਤਾਂ ਬਿਮਾਰ ਆ, ਜੇ ਤਾਂ ਕਈ ਦਿਨ ਹੋ ਗਏ ਘਰੇ, ਉਹ ਤਾਂ ਸਾਡੇ ਹੀ ਰੌਲਾ ਤੇ ਉੱਥੇ ਕਾਲਜ 'ਚ ਕੋਈ। ਤੁਸੀਂ ਮੈਨੂੰ ਲੈ ਚੱਲੋ। ਉਹ ਬਾਈ ਤੂੰ ਕਿਉਂ ਝੂਠ ਬੋਲਦਾ, ਲੜਾਈ 'ਚ ਤਾਂ ਮੈਂ ਤੀ, ਤੂੰ ਤਾਂ ਹੈ ਵੀ ਨਹੀਂ ਤੀ ਉੱਥੇ ਬਾਈ। ਉਹ ਨਹੀਂ ਤੇਜੀ, ਉਹ ਮੈਂ ਸਾਰੀ ਦੁਨੀਆਦਾਰੀ ਦੇਖ ਲਈ, ਮੈਂ ਖਾ ਲਿਆ ਹੰਢਾ ਲਿਆ, ਉਹ ਤੇਰੀ ਹਾਲੇ ਜ਼ਿੰਦਗੀ ਦੀ ਸ਼ੁਰੂਆਤ ਆ। ਉਹ ਨਹੀਂ ਬਾਈ, ਮੇਰੀ ਗਲਤੀ ਦੀ ਸਜ਼ਾ ਤੂੰ ਕਿਉਂ ਭੁਗਤੇ ਯਾਰ, ਜਦ ਗਲਤੀ ਮੈਂ ਕਰੀ ਆ ਤਾਂ ਮੈਨੂੰ ਜਾਣ ਦੇ ਬਾਈ। ਉਹ ਨਹੀਂ ਬਾਈ, ਹੋ ਸਕੇ ਤਾਂ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰੀ ਅਤੇ ਬੇਬੇ ਬਾਪੂ ਦੀ ਸੇਵਾ ਕਰੀ ਮੇਰਾ ਵੀਰ। ਬਾਈ ਨਹੀਂ ਯਾਰ। ਉਹ ਚੱਲ ਬਹੁਤ ਹੋ ਰਿਹਾ ਪੱਟ ਮਿਲਾਪ, ਪਤਾ ਸਾਨੂੰ ਸਾਰਾ, ਜੇ ਤੈਨੂੰ ਇੰਨਾ ਚਾਉ ਨਾ ਥਾਣੇ ਜਾਣ ਦਾ, ਤੂੰ ਹੀ ਚੱਲ। ਬਾਈ ਓਏ ਤੇਰਾ ਇਨਸਾਨ ਮੈਂ ਕਿਵੇਂ ਚਖਾਊਂਗਾ, ਮੈਂ ਮੇਰੇ ਘਰ ਕੇ ਆਪਣੀ ਜ਼ਿੰਦਗੀ ਖਰਾਬ ਕਰੂੰਗੀ।
ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਹੁਣੇ ਹੁਣੇ ਤੁਸੀਂ ਜਿਹੜੀ ਵੀਡੀਓ ਦੇਖ ਕੇ ਹਟੇ ਹੋ ਕਿੱਦਾਂ ਹੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਰੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ